ਇੱਥੇ ਜਲਸੇ 'ਤੇ ਆਉਣਾ ਹੋਵੇ ਤਾਂ ਬੇਗਮ ਨੂੰ ਕਈ ਲਿਖਾ ਕੇ ਆਉਂਦੇ ਨੇ, ਮੈਂ ਜਾਣੂ 12 ਵਜੇ ਆ ਜਾਊਂਗਾ। ਉਹ ਫਿਰ ਮੈਸੇਜ ਕਰਦੀ, ਕਿੱਧਰ ਹੋ? ਬਸ ਇੱਕ ਮੌਲਵੀ ਰਹਿ ਗਿਆ। ਉਹ ਚੱਲਿਆ, ਏਡੀ ਵੀ ਕਿਹੜੀ ਕੋ ਹੜਤਾਲ ਆ ਗਈ, ਤੂੰ ਸਗੋਂ ਬੇਗਮ ਨੂੰ ਵੀ ਨਾਲ ਲਿਆਇਆ ਕਰਕੇ ਆ ਭਲੀਏ ਮੌਲਵੀ ਸੋਨਾ। ਅਤੇ ਮੈਨੂੰ ਇੱਕ ਬੰਦਾ ਦਾ, ਮੌਲਵੀ ਜੀ ਜੇ ਉਹਨੇ ਕਦੀ ਕਹਿਤਾ ਵੀ ਸੈਲਮੇ ਚੱਲੀਏ, ਮੈਂ ਇੱਕ ਵਾਰ ਤੂੰ ਵੀ ਫੇਰਾ ਮਰਵਾ ਲਿਆ। ਚਲੋ ਘੜੀ ਦੀ ਘੜੀ ਮੌਲਾ ਮੁਹੰਮਦ ਹੁਸੈਨ ਸ਼ੇਖਪੁਰੀ ਰਹਿਮਤੁੱਲਾ ਲੈ ਕੋਲ, ਮੈਂ ਪਿਛਲੇ ਸਾਲ ਮਾਸਟਰ ਵਾਲਾ ਵਾਕਿਆ ਸੁਣਾਇਆ ਸੀ ਨਾ, ਉਹਨੇ ਦੋ ਵਾਰਾਂ ਉਹਨੂੰ ਮੰਨ ਕੇ ਲਿਆਂਦਾ। ਇੱਕ ਵਾਰ ਉਹਦੀ ਬੇਗਮ ਨੇ ਕਿਹਾ ਮੈਂ ਨਹੀਂ ਪੜ੍ਹਨਾ, ਉਹਨੇ ਬੇਗਮ ਦੀ ਮੰਨ ਲਈ, ਉਹਨੇ ਕਿਹਾ ਤੂੰ ਨਾ ਪੜ੍ਹੀ ਮੈਂ ਪੜ੍ਹਾਂ। ਅਤੇ ਦੂਜੇ ਜਿਵੇਂ ਫਿਰ ਪੜ੍ਹਨ ਲੱਗ ਪਈ ਸੀ ਕਿ ਨਹੀਂ ਚੱਲਿਆ। ਜੇ ਤੇਰੀ ਬੇਗਮ ਤੈਨੂੰ ਕਹਿੰਦੀ ਹੈ ਨਾ ਮੈਨੇ ਇੱਧਰ ਜਾਣਾ, ਅਤੇ ਤੂੰ ਉਹਨੂੰ ਇੱਕ ਦਫ਼ਾ ਵਿਖਾ ਕੇ ਤੇ ਉਹਨੂੰ ਕਹਿ ਆਹ ਵੇਖ ਲਾ ਕੰਜਰਖਾਨਾ, ਇਹਦਾ ਅਜ਼ਾਬ ਤੇਰੇ ਸਿਰ ਹੀ। ਅਤੇ ਇੱਕ ਵਾਰ ਮੌਲਵੀ ਸੁਣਾ, ਜੇ ਮੌਲਵੀ ਕੱਤਿਆ ਪਾਇਆ ਹੋਇਆ ਤਾਂ ਅਗਲੀ ਵਾਰ ਸੈਲਮੇ ਜਾਣ ਜੋਗੀ ਰਹੇਗੀ ਨਹੀਂ। ਲਿਆ ਤਾਂ ਸਹੀ, ਚੱਲਿਆ ਹੋਰ ਸਾਰੇ ਹੋਟਲ ਵਿਖਾਉਣਾ ਹੈ, ਅਤੇ ਇੱਕ ਇਹ ਵਰਕਸ਼ਾਪ ਵੀ ਵਿਖਾ ਦੇ। ਇੱਥੇ 2-4 ਬਹਿ ਜਾਣਗੇ ਨਾ, ਇੱਥੇ ਕੋਈ ਹੋਟਲ ਮਸ਼ਹੂਰ ਹੈਗਾ ਸਿਆਲਕੋਟ? ਚਲੋ ਤੁਸੀਂ ਮੈਕਡੋਨਲਡ KFC ਲਾ ਲਓ, ਆਪਾਂ ਤਾਜ ਹੋਟਲ 'ਤੇ ਕੀ ਲੈਣ ਜਾਣਾ, ਮਸ਼ਹੂਰ ਬ੍ਰਾਂਡ 'ਤੇ ਜਾਣੇ। ਹਾਂ ਨਹੀਂ 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 KFC ਲਾ ਲਓ, ਤੁਸੀਂ ਮੈਕਡੋਨਲਡ ਲਾ ਲਓ, ਉੱਥੇ 4 ਵੇਲੀ ਬਹਿੰਦੇ ਨਾ, ਅਤੇ ਇਹਨੇ ਐਵੇਂ ਕਰੀ ਆਉਂਦੇ, ਉਹ ਪੈਸੇ ਮੈਂ ਦੇਣਾ, ਉਹ ਪੈਸੇ ਮੈਂ ਦੇਣਾ, ਜਿਹਨੇ ਦੇਣੇ ਹੁੰਦੇ ਪਹਿਲੋਂ ਹੀ ਦੇ ਆਉਂਦਾ। ਕਈ ਬੰਦਿਆਂ ਦੀ ਜੇਬਾਂ, ਬੰਦਿਆਂ ਦਬੇਲੀਆਂ ਦੀ ਜੇਬਾਂ 'ਤੇ ਧਿਆਨ ਹੁੰਦਾ। ਆਹ ਸੁਣ ਜ਼ਰਾ ਧਿਆਨ ਨਾਲ, ਇਹ ਜੇ ਪਰੇਦਾਰ ਖਾਣਾ ਕੁਛ ਨਹੀਂ, ਹਾਂ ਬਿਲਕੁਲ ਮੇਰੀ ਨਜ਼ਰ ਤੇਰੇ 'ਤੇ ਵੀ ਹੈ, ਅਸੀਂ ਮੂੰਹ ਲਾਈ ਆਉਂਦੇ ਨੇ। ਜਿਹੜਾ ਜਾਨਵਰ ਚਗਾਲੀ ਨਾ ਕਰੇ, ਲੋਕ ਕਹਿੰਦੇ ਡੰਗਰ ਬਿਮਾਰ, ਇਹਨੂੰ ਹਸਪਤਾਲ ਲਿਜਾ। ਮੂੰਹ ਲਾਉਣਾ ਡੰਗਰਾਂ ਦਾ ਕੰਮ ਹੈ, ਹਰ ਵੇਲੇ ਬਬਲ ਪਾ ਕੇ ਲੱਗੇ ਰਹਿੰਦੇ ਜੀ ਮੂੰਹ 'ਚ। ਮੇਰੇ ਕੋਲ ਹਰ ਨੁਸਖਾ ਹੈਗਾ, ਮੈਂ ਫਿੱਟ ਕਰ ਦਿੰਦਾ ਉਹਨਾਂ, ਗਲਤ ਕਲਿੱਪ ਬਣ ਜਾਂਦਾ। ਅਤੇ ਤਵੱਜੋ ਮੇਰੇ ਵੱਲ, ਗੱਲ ਸੁਣਨ ਵਾਲੀ ਪਲੀਜ਼, ਮਹੱਲਾ ਜਾਂਦਾ ਜ਼ਰਾ ਤਵੱਜੋ ਮੇਰੇ ਵੱਲ ਰੱਖਣੀ ਹੈ, ਬੜੀ ਵੱਡੀ ਗੱਲ। ਜਲਸੇ 'ਚ ਬੈਠ ਕੇ ਬਿਲਕੁਲ ਨਾ ਮੂੰਹ ਲਾਇਆ ਕਰੋ, ਪਾਬੰਦੀ ਲਾਵਾਂਗਾ ਮੈਂ ਸਟੇਜ ਦੇ ਉੱਤੇ, ਖਾਣ ਵਾਲੀ ਚੀਜ਼ ਵੀ ਬਿਲਕੁਲ ਨਾ ਰੱਖਿਆ ਕਰੋ। ਜਦੋਂ ਬੰਦਾ ਖਾਣ ਲੱਗ ਪੈਂਦਾ ਦਿਮਾਗ ਹੋਰ ਪਾਸੇ ਚਲੇ ਜਾਂਦਾ,